ਜੇਲ੍ਹ ਅੰਦਰ ਬੰਦ ਕੈਦੀ ਰਕੇਸ਼ ਮਸੀਹ ਉਰਫ ਬੱਗਾ ਪੁੱਤਰ ਬਲਵਿੰਦਰ ਸਿੰਘ ਵਾਸੀ ਮੁਸਤਫਾਬਾਦ ਥਾਣਾ ਤੀਬੜ 379B 420 ਦੀ ਧਾਰਾ ਵਿੱਚ 5 ਸਾਲ ਦੀ ਸਜ਼ਾ ਕੱਟ ਰਿਹਾ ਹੈ। ਅੱਜ ਉਹ ਮੁਲਾਕਾਤ 'ਤੇ ਆਇਆ ਸੀ, ਉਹਦੀ ਮੁਲਾਕਾਤ 'ਤੇ ਉਹਦਾ ਭਰਾ ਜੌਨ ਮਸੀਹ ਪੁੱਤਰ ਬਲਵਿੰਦਰ ਮਸੀਹ ਆਇਆ ਸੀ। ਜਦੋਂ ਉਹ ਮੁਲਾਕਾਤ ਕਰਕੇ ਆਪਣਾ ਸਮਾਨ ਲੈ ਕੇ ਜੇਲ੍ਹ ਦੇ ਅੰਦਰ ਬੈਰਕ ਵਿੱਚ ਜਾਣ ਲੱਗਿਆ ਤਾਂ ਰਸਤੇ ਵਿੱਚ ਤਲਾਸ਼ੀ ਦੌਰਾਨ ਸਰਬਜੀਤ ਸਾਹਿਬ ਸਟੂਡੈਂਟ ਦੀ ਨਿਗਰਾਨੀ ਵਿੱਚ ਉਸ ਦੀ ਤਲਾਸ਼ੀ ਲਈ ਗਈ ਅਤੇ ਉਹਨੇ ਆਪਣੇ ਗੁਪਤ ਅੰਗ ਦੇ ਵਿੱਚ 133 ਪਿੰਕ ਰੰਗ ਦੀਆਂ ਨਸ਼ੀਲੀਆਂ ਗੋਲੀਆਂ ਅਤੇ 25-30 ਗੋਲੀਆਂ ਦਾ ਪਾਊਡਰ ਅਤੇ ਚੂਰਾ ਬਰਾਮਦ ਕੀਤਾ, ਜੋ ਉਹ 'ਤੇ ਖਿਲਾਫ਼ ਬੰਦ ਦੀ ਕਾਰਵਾਈ ਲਈ ਥਾਣਾ ਪੁਲਿਸ ਨੂੰ ਲਿਖਿਆ ਗਿਆ ਅਤੇ ਇਨਵੈਸਟੀਗੇਸ਼ਨ ਲਈ ਲਿਖਿਆ ਗਿਆ। ਇਹਦੇ 'ਤੇ 420 379B ਦਾ ਕੇਸ ਦੇ ਵਿੱਚ 5 ਸਾਲ ਦੀ ਸਜ਼ਾ ਭੁਗਤ ਰਿਹਾ। ਇਹਦੇ ਵਾਸਤੇ ਅਸੀਂ ਬਾਹਰ ਵੀ ਚੈੱਕ ਪੋਸਟਾਂ ਲਾਈਆਂ, ਮੁਲਾਜ਼ਮ ਤੈਨਾਤ ਕੀਤੇ ਨੇ, ਪ੍ਰੋਪਰ ਬਰੀਕੀ ਨਾਲ ਤਲਾਸ਼ੀ ਕੀਤੀ ਜਾਂਦੀ ਹੈ। ਜਦੋਂ ਮੁਲਾਕਾਤ ਕਰਕੇ ਕੋਈ ਵੀ ਕੈਦੀ ਜਾਂ ਹਵਾਲਾਤੀ ਜੇਲ੍ਹ ਅੰਦਰ ਜਾਂਦਾ ਹੈ ਤਾਂ ਉੱਥੇ ਵੀ 2 ਮੁਲਾਜ਼ਮ, ਇੱਕ ਸਹਾਇਕ ਸਟੂਡੈਂਟ ਤੈਨਾਤ ਹੈ ਜਿਹੜਾ ਬੜੀ ਬਰੀਕੀ ਨਾਲ ਤਲਾਸ਼ੀ ਕਰਦਾ ਹੈ, ਅਤੇ ਉਸ ਉਪਰੰਤ ਹੀ ਇਹ ਚੈਕਿੰਗ ਤੋਂ ਬਾਅਦ ਸਮਾਨ ਲੈ ਕੇ ਜਾਇਆ ਜਾਂਦਾ। ਇਸ ਤੋਂ ਇਲਾਵਾ ਜਿੰਨੇ ਵੀ ਗਾਰਦ ਹੈਗੀ ਹੈ ਉਹ ਡਿਊੜੀ ਵਿੱਚ ਇੱਕ ਸਹਾਇਕ ਸਟੂਡੈਂਟ ਨਿਗਰਾਨੀ ਵਿੱਚ ਤਲਾਸ਼ੀ ਕਰਕੇ ਅੰਦਰ ਜਾਂਦੀ ਹੈ। ਉਸ ਤੋਂ ਇਲਾਵਾ ਕੋਈ ਮੋਬਾਈਲ, ਕੋਈ ਪਰਸ ਅੰਦਰ ਜਾਣ ਨਹੀਂ ਦਿੱਤਾ ਜਾਂਦਾ, ਅਤੇ ਬਰੀਕੀ ਨਾਲ ਮੁਲਾਜ਼ਮਾਂ ਦੀ ਵੀ ਤਲਾਸ਼ੀ ਕੀਤੀ ਜਾਂਦੀ ਹੈ। ਜਿਨ੍ਹਾਂ ਮੁਲਾਜ਼ਮਾਂ ਦੀ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਸ਼ੱਕ ਹੈ ਉਹਨਾਂ 'ਤੇ ਖਾਸ ਨਿਗਰਾਨੀ ਰੱਖੀ ਜਾਂਦੀ ਹੈ ਅਤੇ ਵੱਧ ਤੋਂ ਵੱਧ ਕੰਟਰੋਲ ਕੀਤਾ ਜਾ ਰਿਹਾ। ਜਿਹੜੇ ਬੰਦੀ ਨਸ਼ੇ ਦੇ ਆਦੀ ਅੰਦਰ ਜੇਲ੍ਹ ਅੰਦਰ ਆਉਂਦੇ ਨੇ ਉਹਨਾਂ ਨੂੰ OT ਸੈਂਟਰ ਦੇ ਰਾਹੀਂ ਅਤੇ ਆਪਣਾ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਾ ਕੇ ਉਹਨਾਂ ਦਾ ਇਲਾਜ ਕੀਤਾ ਜਾਂਦਾ ਅਤੇ ਉਹਨਾਂ ਨੂੰ ਸੈਪਰੇਟ ਸੈੱਲ ਵਿੱਚ ਪਾ ਕੇ ਖਾਸ ਨਿਗਰਾਨੀ ਰੱਖੀ ਜਾਂਦੀ ਹੈ ਕਿ ਉਹ ਕਿਸੇ ਤਰ੍ਹਾਂ ਦਾ ਨਸ਼ੇ ਦਾ ਸੇਵਨ ਇਲੀਗਲ ਨਾ ਕਰਨ।